वीडियो देखने वाले सारे दोस्तों का बहुत बहुत स्वागत है। लो भी सज्जन प्यारे, अज्ज काले बाई दे आपां फार्म ते आए हुए हैं। तो ये फार्म की सब तो वड्डी विशेषता यह हैगी, तो ना तो यह लोन पर बनया होया, तो ना ये ते किसी भी तरह की कोई सबसिडी है, तो ना ही बंदे ने कुछ भी वेच के फार्म का सैटअप शुरू कराया। तो आप पहुंचे बहुत टाइम हो गया, तो वर्कर इधर लगे हुए हैं सारे काम धंधा कर। सत श्री अकाल बापू जी, सत श्री अकाल जी। चलो भी आ फिरदा साडा चोबर, की हाल काला सिंह? ਹੋਰ ਬਾਈ ਧੰਨਵਾਦ ਸਾਡੇ ਫਾਰਮ ਤੇ ਪਹੁੰਚਣ ਤੇ, ਬੜੇ ਦਿਨ ਹੋ ਗਏ ਫੋਨ ਕਰੀ ਜਾਂਦੇ ਨੂੰ ਯਾਰ। ਬਸ ਸਮੇਂ ਰਜੇਵੇਂ ਐਵੇਂ ਹੋ ਗਏ ਜਾਨਵਰਾਂ ਪਸ਼ੂਆਂ ਵਾਲੇ। ਪਹਿਲੀ ਗੱਲ ਤਾਂ ਤੈਨੂੰ ਬਹੁਤ ਬਹੁਤ ਵਧਾਈਆਂ ਫਾਰਮ ਦੀਆਂ ਬਾਈ। ਕੀ ਇਹਦਾ ਸਾਈਜ਼ ਕੀ ਪਾਇਆ ਆਪਾਂ ਸਾਰਾ? ਇਹ 80x120 ਹੈ ਵੀਰੇ। 80x120 ਸਾਈਜ਼ ਹੈ ਇਹਦਾ, ਮਤਲਬ ਇੱਧਰ ਨੂੰ ਇਹ 120 ਆਏ ਵੀਰੇ। ਹਾਂ ਆਏ 80, ਐਵੇਂ 80 ਆ। ਤੇ ਕਾਲੇ ਲਗਭਗ ਕਿੰਨਾ ਖਰਚਾ ਆ ਗਿਆ ਜੀ ਜੱਟਾਂ ਵਾਲਾ ਮੋਟਾ ਜਿਹਾ ਸਟਾ ਕਰਕੇ ਆਪਾਂ ਟੋਟਲੀ ਲਾਈਏ? ਹਾਂ ਖੁਰਲੀ ਆ ਗਈ, ਸ਼ੈੱਡ ਆ ਗਿਆ, ਕੰਧਾਂ ਆ ਗਈਆਂ, ਉਹ ਸਾਈਲੇਜ ਪਿੱਟ ਆ ਗਏ ਪੱਕੇ, ਇੱਕ ਉਹ ਕਮਰਾ ਆ ਗਿਆ ਜੀ ਫੀਡ ਵਾਲਾ। 25 ਲੱਖ ਰੁਪਇਆ ਲੱਗੇ ਵੀਰੇ। 25 ਲੱਖ ਰੁਪਇਆ ਸਾਰਾ ਲੱਗ ਗਿਆ? ਹਾਂ, ਵਿੱਚੇ ਸ਼ੈੱਡ ਪਵਾਈ, ਠੀਕ ਹੈ, ਸਾਰੀ ਲੇਬਰ ਕੱਪਾ, ਠੀਕ ਹੈ, ਸਾਰਾ 25 ਲੱਖ ਟੋਟਲੀ ਲਿਖਿਆ ਪਿਆ ਆਪਣੇ ਕੋਲੇ। ਤੇ ਬਈ ਇਹਦੀ ਸਟਾਰਟਿੰਗ ਕਦੋਂ ਕਰੀ ਸੀਗੀ? ਇਹਨਾਂ 25 ਮੰਨ ਲਓ 1 ਕਿੱਲੇ ਦਾ ਮੁੱਲ ਹੀ ਲੱਗ ਗਿਆ ਇਹਦੇ ਤੇ, ਤੇ 1 ਕਿੱਲਾ ਰੁਕ ਗਿਆ, ਹਾਂ 2 ਕਿੱਲੇ ਹੋ ਗਏ। ਹਾਂਜੀ, ਤੇ ਕਿੱਥੋਂ ਸਟਾਰਟਿੰਗ ਕਿਵੇਂ ਹੋਈ, ਕਿਵੇਂ ਲੱਗਦਾ ਵੀ ਦੁੱਧ 'ਚ ਪੈਸੇ ਵੱਧ ਜਾਣਗੇ? ਇਹ 2018 'ਚ ਡੈਡੀ ਨੇ ਸਟਾਰਟ ਕੀਤਾ ਸੀ। ਡੈਡੀ ਜੀ 1 ਗਾਂ ਲਿਆਈ ਸੀਗੇ, ਉਸ ਤੋਂ ਬਾਅਦ 2, 3, 4 ਹੌਲੀ ਹੌਲੀ ਵਾਧੇ ਹੋਏ। ਤੇ ਕਾ ਮੈਂ ਤਾਏ ਨਾਲ ਮਿਲਾਉਣਾ ਚਾਹੁੰਦਾ, ਜਿਹਨੇ ਵੀ ਮੰਨ ਕੇ ਚੱਲੋ ਡਾਕਟਰੀ ਦੇ ਵਿੱਚ, ਅੱਛਾ, ਬਿਨਾਂ ਪੈਸੇ ਤੋਂ ਆਪਣਾ ਹਰੇਕ ਕੰਮ ਦਿਨ ਰਾਤ 12 ਵਜੇ ਵੀ ਚੜਾ ਲਿਆਉਂਦੇ ਸੀ। ਕੋਈ ਜੇਲ ਪੈ ਗਈ, ਕੋਈ ਦਰਦ ਆਉਂਦਾ, ਕੋਈ ਵੀ ਦਿੱਕਤ ਆਉਂਦੀ ਆ, ਪਹਿਲ ਦੇ ਆਧਾਰ ਤੇ ਆਉਂਦੇ ਸੀ ਬਿਨਾਂ ਪੈਸੇ ਤੋਂ। ਦਵਾਈ ਵੀ ਆਪਦੇ ਕੋਲ ਲਾਉਂਦੇ ਰਹੇ ਆ, ਉਹ ਵੀ ਪੈਸੇ ਬਾਅਦ ਚ ਦਿੰਦੇ ਨੇ। ਦਿਨਾਂ ਚ ਵੀ ਮਦਦ ਕਰੀ ਬੰਦਿਆਂ ਨੇ, ਮਾੜੇ ਟਾਈਮ ਚ ਮਦਦ ਤਾਇਆ ਜੀ ਨੇ, ਤੇ ਇੱਕ ਬਾਈ ਜੱਗੀ ਸਿੱਧੂ ਡੇਰੀ ਫਾਰਮ ਕੋਟ ਸ਼ਮੀਰ ਵਾਲੇ, ਠੀਕ ਹੈ, ਉਹਨਾਂ ਦਾ ਸਾਰਿਆਂ ਨਾਲੋਂ ਵੱਡਾ ਰੋਲ ਉਹਨਾਂ ਦਾ ਹੈਗਾ। ਜਿਹੜੀ ਫਾਰਮ ਦੀ ਗਾਈਡਲਾਈਨਸ ਆ, ਟ੍ਰੀਟਮੈਂਟ ਆ, ਨਿਊਟ੍ਰੀਸ਼ਨ ਆ, ਸਾਰਾ ਬਰੀਡ ਤੇ ਵੀ ਕੰਮ ਉਹਨਾਂ ਨੇ ਕਰਵਾਇਆ ਗਾ, ਜਿੰਨੀ ਗਾਈਡਲਾਈਨ ਆ ਸਾਰੀ ਉਹਨਾਂ ਦੀ ਆ, ਠੀਕ ਹੈ, ਤੇ ਇੱਕ ਤਾਇਆ ਜੀ ਦੀ, ਠੀਕ ਹੈ। ਲਓ ਜੀ ਸੱਜਣੋ, ਫੋਨ ਕਰਦੇ ਸੀ ਜੀ ਦੇਣਾ, ਆਪਾਂ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਪਹਿਲਾਂ ਆਪਦੀ ਮਾੜੀ ਇੰਟਰੋ ਦਿਓ ਜੀ, ਕੰਮ ਕੀ ਕਰਦੇ ਹੋ? ਕੰਮ ਜੀ ਮੈਂ ਇਹੀ ਕਰਦਾ ਵੈਟਨਰੀ ਦੀ ਜੀ। ਇਹ ਮੁੰਡੇ ਨੇ ਮੈਥੋਂ ਪੁੱਛ ਲਿਆ ਉਦੋਂ ਵੀ ਕਿਵੇਂ ਤੁਹਾਨੂੰ ਲੱਗਦਾ, ਮੈਂ ਆਖਿਆ ਜੀ ਪਹਿਲੇ ਸਿਰੇ ਦਾ ਤੇਰਾ ਬੱਚਾ ਵਧੀਆ ਰਹੂਗਾ, ਠੀਕ ਹੈ ਜੀ, ਜੇ ਤੁਸੀਂ ਇਹ ਕਾਰੋਬਾਰ ਤੋਰੋਗੇ ਤੁਹਾਨੂੰ ਘਾਟਾ ਹੈ ਨਹੀਂ, ਠੀਕ ਹੈ। ਇਹ ਕਹਿੰਦਾ ਵੀ ਮੈਂ 2 ਕੁ ਤੋਂ ਚਲਾ ਲਾ, ਇਹਨੇ 2 ਕੁ ਤੋਂ ਚਲਾ ਲਿਆ ਜੀ, 2 ਕੁ ਗਾਈਆਂ ਲੈ ਲਈਆਂ। ਮੈਂ ਇਹ ਜਦੋਂ ਵੀ ਮੈਨੂੰ ਬੋਲ ਮਾਰਦੇ ਸ਼ੂਦ ਹੀ ਆਉਂਦਾ ਸੀ, ਜੇ ਮੱਠ ਹੁੰਦੀ ਸੀ ਮੈਂ ਇਹਨਾਂ ਦਾ ਪੂਰਾ ਹੀ ਸਹਿਯੋਗ ਦਿੱਤਾ। ਫਿਰ ਦੂਜੇ ਨੰਬਰ ਤੇ ਮੈਂ ਤੇਰਾ ਅੱਜ ਕੱਲ੍ਹ ਦੇ ਬੱਚੇ ਦੇਖੋ ਵਿਗੜ ਜਾਂਦੇ ਨੇ, ਠੀਕ ਹੈ ਜੀ, ਇਹ ਬੱਚਾ ਤੇਰਾ ਮਹਾ ਸਮਾਂ ਰਹੂ, ਆਹ ਦੇਖੋ ਹੁਣ ਇਹ ਬੱਚੇ ਨੂੰ ਕਿੰਨਾ ਇਸ ਚੀਜ਼ ਦਾ ਪੈ ਗਿਆ, ਕਦੇ ਜਵਾਕਾਂ 'ਚ ਨਹੀਂ ਗਿਆ, ਕੋਈ ਨਸ਼ੇ ਪਤੇ ਤੋਂ ਬਚ ਰਿਹਾ, ਤੇ ਸਾਰਾ ਹੁਣ ਕਾਰੋਬਾਰ ਦੇਖੋ ਇਹਨਾਂ ਦਾ ਕਿੱਥੋਂ ਤੱਕ ਵੱਗ ਗਿਆ, ਠੀਕ ਹੈ, ਬਹੁਤ ਵਧੀਆ। ਜਿਹੜਾ ਤੁਸੀਂ 2 ਕਿੱਲੇ ਕਹੀ ਜਾਂਦੇ ਵੀ ਇਹਨਾਂ ਨੇ ਕਿੱਲਾ ਤਾਂ ਰੋਕਤਾ, ਕਿੱਲੇ ਦਾ ਖਰਚਾ ਹੋ ਗਿਆ, ਇਹ ਤਾਂ 2 ਕਿੱਲੇ ਜੀ ਇਹ 2 ਸਾਲਾਂ ਦੇ ਵਿੱਚ ਹੀ ਲੈ ਦੇਣਗੇ, ਜੇ ਇਹ ਸਹੀ ਢੰਗ ਨਾਲ ਜਿਵੇਂ ਪਰਮਾਤਮਾ ਦੇ ਹੁਕਮ ਨਾਲ ਕੰਮ ਚੱਲੀ ਜਾਂਦਾ ਜੀ। ਹੁਣ ਤੁਸੀਂ 1 ਪਸ਼ੂ ਤੇ ਲਾ ਲਓ ਕਿੰਨੇ ਪਸ਼ੂ ਇਹਨਾਂ ਕੋਲੇ, ਜੇ 1 ਪਸ਼ੂ 100 ਰੁਪਇਆ ਵੀ ਬਚਾਉਂਦਾ ਡੇਲੀ ਦਾ, ਅੱਜ ਇਹਨਾਂ ਕੋਲੇ 20-30 ਨਗ ਹੈਗੇ ਨਾ ਜੀ, 3-4 ਹਜ਼ਾਰ ਰੁਪਇਆ ਆਮਦਨ ਹੋਊਗੀ ਰੋਜ਼ ਦੀ ਜੀ, ਬਹੁਤ ਹੈ ਜੀ, ਠੀਕ ਹੈ ਜੀ, ਤੇ ਨਾਲੇ ਆਪਦੇ ਬੱਚੇ। ਇੱਕ ਡਾਕਟਰ ਸਾਹਿਬ, ਤੁਸੀਂ ਫੀਲਡ 'ਚ ਵੀ ਕੰਮ ਕਰਦੇ ਹੋ, ਹੁਣ ਇਹ ਬੰਦੇ ਆ ਗਏ ਪ੍ਰੋਫੈਸ਼ਨਲੀ, ਤੇ ਉਹ ਬੰਦੇ ਜਿਹੜੇ ਪਿੰਡਾਂ 'ਚ ਪਸ਼ੂ ਰੱਖਦੇ ਆ ਬੰਨ ਕੇ ਸੰਗਲ ਨਾਲ, ਉਹ ਬੰਦੇ ਘਾਟੇ 'ਚ ਆ ਫਾਰਮਾਂ ਵਾਲੇ ਪ੍ਰੋਫਿਟ 'ਚ ਹੈ, ਫਰਕ ਸ਼ਰਕ ਕਿੱਥੇ ਰਹਿ ਜਾਂਦਾ ਤੁਹਾਡੇ ਹਿਸਾਬ ਨਾਲ? ਕਿਉਂ ਤੁਸੀਂ ਬੰਨਣ 'ਚ ਹੀ ਪੈਂਦਾ ਜੀ, ਬੰਨਣ ਦੇ ਵਿੱਚ ਹੁਣ ਜਿਵੇਂ 1 ਥਾਂ ਪਸ਼ੂ ਖੜਾ ਰਹਿੰਦਾ, ਉੱਥੇ ਪਹਿਲਾਂ ਕਟਾਣੂ ਥੱਲੇ ਪੈਦਾ ਹੋ ਜਾਂਦੇ ਨੇ, ਇੱਕ ਜਗ੍ਹਾ ਤੇ ਥਾਂ ਸੜ ਜਾਂਦਾ, ਕੋਈ ਗੌਰ ਆਪਦੀ ਮਰਜ਼ੀ ਨਾਲ ਪਹਿਲੇ ਸਿਰੇ ਤਾਂ ਪਸ਼ੂ ਉਹੀ ਖੁਸ਼ ਰਹਿੰਦਾ, ਠੀਕ ਹੈ, ਕਿਉਂ ਆਪਦੀ ਮਰਜ਼ੀ ਨਾਲ ਉੱਥੇ ਬਹਿ ਗਿਆ ਜਾ ਕੇ, ਆਪਦੀ ਮਰਜ਼ੀ ਨਾਲ ਇੱਥੇ ਬਹਿ ਗਿਆ, ਖੁੱਲਾ ਖਾਣਾ ਪੀਣਾ, ਜਦੋਂ ਚਿੱਤ ਮੰਨਿਆ ਉਦੋਂ ਉਹਨਾਂ ਨੇ ਪਾਣੀ ਪੀਣਾ, ਜਿਹੜੇ ਨਰੜੇ ਪਏ ਆ ਉਹਨੂੰ ਤੇਹ ਲੱਗੀ ਪਈ ਹੈ, ਠੀਕ ਹੈ, ਤੇ ਪਾਣੀ ਅਗਲੇ ਨੇ ਆ ਕੇ ਆਏ ਨੀ ਪਤਾ 7 ਵਜੇ ਪਿਆਉਣਾ ਜਾਂ 8 ਵਜੇ ਪਿਆਉਣਾ, ਉਹਦੇ ਵਿੱਚ ਬਹੁਤ ਫਰਕ ਹੈ ਜੀ, ਠੀਕ ਹੈ। ਇੱਕ ਅੰਕਲੀ ਚੰਗੀ ਭਲੀ ਖੇਤੀ ਚੱਲੀ ਜਾਂਦੀ ਸੀ ਵਧੀਆ, ਤੇ ਫਿਰ ਇਧਰਲੇ ਪਾਸੇ ਫਾਰਮ ਵਾਲੇ ਪਾਸੇ ਕਿਉਂ ਆ ਗਏ? ਫਾਰਮ ਵਾਲੇ ਪਾਸੇ ਕਾਕਾ ਜੀ ਅਸੀਂ ਇਸ ਕਰਕੇ ਆ ਗਏ ਵੀ ਸਾਡਾ ਕੋਟ ਸ਼ਮੀਰ ਮੰਨ ਕੇ ਪਿੰਡ ਭਾਣਜਾ ਜੀ ਹੈ, ਜੱਗੀ ਸਿੰਘ ਸਿੱਧੂ ਫਾਰਮ ਜੀ, ਉਹ ਤੇ ਮੰਨ ਕੇ ਉਹਦੇ ਸਹਿਯੋਗ ਦੇ ਨਾਲ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਖੇਤੀ ਨੂੰ ਵੱਧ ਵੀ ਪੈਸਾ ਕਮਾ ਸਕਦੇ ਇਹਦੇ 'ਚੋਂ, ਉਹਨੇ ਸਾਨੂੰ ਦੱਸਿਆ, ਉਹਦਾ ਕਰਕੇ ਅਸੀਂ ਉਹਦੇ ਕਹਿਣ ਦੇ ਨਾਲ ਉਹਦੇ ਸਹਿਯੋਗ ਦੇ ਨਾਲ ਅਸੀਂ ਇਹ ਫਾਰਮ ਇੱਧਰਲੇ ਪਾਸੇ ਆ ਗਏ, ਨਾਲ ਅਸੀਂ ਖੇਤੀ ਕਰਦੇ ਹਾਂ ਵੱਤ ਦੀ, ਨਾਲ ਅਸੀਂ ਪਸ਼ੂਆਂ ਦਾ ਕੰਮ ਕਰ ਰਹੇ ਹਾਂ। ਆਪਣੀ ਸਟਾਰਟਿੰਗ ਕਿਹੜੇ ਸਨ ਤੋਂ ਹੋਈ ਸੀਗੀ ਜੀ? 2018 ਤੋਂ ਸਟਾਰਟਿੰਗ ਹੋਈ, ਸ਼ੁਰੂ ਹੋਈ, ਉਦੋਂ ਫਿਰ ਕੀ ਕਹਾਣੀ ਵਾਪਰੀ ਵੀ ਗਾਈਆਂ ਕੰਨੀ ਨੂੰ ਤੁਰ ਪਏ ਖੇਤੀ ਵਾਲਾ ਬੰਦਾ? ਮੰਨ ਕੇ ਚੱਲ ਖੇਤੀ ਵਾਲਾ ਬੰਦਾ, ਇੱਕ ਗਾਂ ਲਿਆਂਦੀ ਜੀ, 62 ਠੇਕੇ 'ਤੇ ਬਹੁਤ ਬੀਜ ਰਹੇ ਹਾਂ, ਓਕੇ, ਇਹ ਵੀ ਮੰਨ ਕੇ ਚੱਲ ਉਹੀ ਗੱਲ ਆ,
ਉਧਰੋਂ ਫੜ ਲਏ ਉਧਰ ਕਰਤੇ, ਉਧਰੋਂ ਫੜ ਲਏ ਉਧਰ ਕਰਤੇ, ਆੜਤੀਏ ਦਾ ਹਿਸਾਬ ਬਰਾਬਰ ਹੜੀ ਵੇਲੇ ਹੋ ਜਾਂਦਾ ਸੀ, ਸੌਣੀ ਵੇਲੇ ਫਿਰ ਫੜ ਲੈਂਦੇ ਸੀ। ਠੀਕ ਹੈ, ਵੀ ਕਦੋਂ ਦੇਖਿਆ ਵੀ ਅੱਜ ਤੀ ਕੁਛ ਨਹੀਂ ਬਣਿਆ, ਵੀ ਹੁਣ ਆਪਾਂ ਧੰਦਾ ਵੀ ਪਾ ਕੇ ਦੇਖ ਲਈਏ। ਓਕੇ, ਟ੍ਰੈ ਲਾ ਲਗੇ ਆਪਾਂ ਕਿਹੜਾ। ਹੁਣ ਜੀ ਦੁੱਧ ਕਿੰਨਾ ਪੈਂਦਾ ਪਰ ਡੇ? ਜੇ ਦੁੱਧ ਆਪਣਾ ਜੀ ਮੰਨ ਕੇ ਚੱਲ ਇੱਕ ਕੁਆਟਲ ਮੰਨ ਕੇ 40-45 ਕਿਲੋ ਤਾਂ ਗਾਈਆਂ ਦਾ ਪੈ ਰਿਹਾ ਹੈ ਜੀ, 60-65 ਕਿਲੋ ਦੁੱਧ ਮੱਝਾਂ ਦਾ ਪੈ, 60-65 ਕਿਲੋ ਮੈਸਾਂ ਦਾ ਪੈਂਦਾ ਜੀ। ਜੇ ਆਪਾਂ ਇੱਕ ਔਨਲਾਈਨ ਐਵਰੇਜ ਹੀ ਰੱਖਦੇ ਹਾਂ ਜੀ, ਆਪਾਂ ਇੱਕ ਪਸ਼ੂ ਦੀ ਵੀ ਆਪਾਂ ਸਾਲ ਦਾ ਡਾਟਾ ਜਿਹਾ ਕੱਢਣਾ ਹੈਗਾ, ਤੁਹਾਡੇ ਕੋਲ ਇੱਕ ਚੰਗੀ ਗਾਂ ਤਾਂ ਕਿੰਨੇ ਕੁ ਬੱਚਤ ਕਰ ਜਾਂਦੀ ਹੈ ਉਹ? ਵੀ ਮੰਨ ਕੇ ਚੱਲੋ ਵੀ 1-1.5 ਲੱਖ ਦੀ ਬੱਚਤ ਕਰ ਜੂ ਜੀ ਇੱਕ ਗਾਂ। ਹਾਂ, ਖਰਚਾ ਕੱਢ ਕੇ, ਖਰਚਾ ਕੱਢ ਕੇ। ਹਾਂਜੀ ਠੀਕ ਹੈ ਜੀ। ਅਤੇ ਦੁੱਧ ਕੀ ਰੇਟ ਪੈਂਦਾ ਹੁਣ ਤੁਹਾਡਾ? ਦੁੱਧ ਆਪਣਾ 45 ਇਹ ਪੈਂਦਾ ਅਤੇ 65 ਰੁਪਈਆ ਮੱਝਾਂ ਦਾ ਪੈਂਦਾ। ਅਤੇ ਆਮ ਜਿਹੜੇ ਡੇਅਰੀ 'ਚ ਪਾਉਂਦਾ ਮੇਰੇ ਵਰਗਾ 10-20 ਕਿਲੋ ਉਹਦਾ ਤਾਂ ਪੈਂਦਾ 35, ਅਤੇ ਤੁਹਾਡਾ ਇੰਨਾ ਕਿਵੇਂ ਪੈ ਜਾਂਦਾ? ਅਸੀਂ ਲੋਕਲ ਸੇਲ ਕਰਦੇ ਜੀ ਘਰਾਂ 'ਚ ਜਾ ਕੇ। ਹਾਂਜੀ, ਅਤੇ ਕਾਫੀ ਸਾਰੇ ਸੱਜਣ ਇਹ ਵੀ ਕਹਿੰਦੇ ਜਿਹੜੇ ਜਿਹੜੇ ਬੰਦੇ ਪਸ਼ੂ ਰੱਖਦੇ ਆ ਨਾ, ਉਹ ਕਹਿੰਦੇ ਵੀ ਯਾਰ ਵੀ ਡੇਅਰੀ 'ਚ ਪਾ ਕੇ ਤਾਂ ਲੋਟ ਆ ਜਾਂਦਾ, ਜੇ ਆਪਾਂ ਸ਼ਹਿਰ ਕਨੀ ਨੂੰ ਤੁਰ ਪਏ ਤਾਂ ਫਿਰ ਫਾਰਮ ਤਾਂ ਨਹੀਂ ਸਮਝਦਾ, ਫਿਰ ਉਹ ਮੈਨੇਜਮੈਂਟ ਕਿਵੇਂ ਕਰੀ ਹੈ? ਮੈਨੇਜਮੈਂਟ ਸਾਰਾ ਪਰਿਵਾਰ ਦਾ ਸਹਿਯੋਗ ਹੈ ਜੀ, ਬੱਚਿਆਂ ਤੋਂ ਲੈ ਕੇ ਬੁੜੀਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਜੀ ਸਾਰਾ ਟੱਬਰ ਸਹਿਯੋਗ ਦੇ ਰਿਹਾ ਹੈ। ਮੈਂ ਮੰਨ ਕੇ ਦੁੱਧ ਦੀ ਸਪਲਾਈ ਕਰਕੇ ਆਉਣਾ, ਉਦੋਂ ਬਾਅਦ ਆਪਦਾ ਆ ਕੇ ਕਾਰੋਬਾਰ ਕਰਦੇ ਹਾਂ। ਠੀਕ ਹੈ ਜੀ। ਪਰ ਇਹ ਜ਼ਰੂਰ ਹੈ ਵੀ ਸਾਡੇ ਕੋਲ ਇਹ ਸਮਾਂ ਨਹੀਂ ਵੀ ਅਸੀਂ ਪਿੰਡ 'ਚ ਜਾਂ ਸੱਤ ਵਾਲਿਆਂ ਕੋਲ ਜਾਂ ਕਿਸੇ ਪਾਸੇ ਗੇੜਾ ਦੇਣ ਵਗ ਜਾਂਗੇ, ਅਸੀਂ ਆਪਦੇ ਘਰ 'ਚ ਹੀ ਸੀਮਤ ਹੈ। ਤੇ ਮੰਨ ਲਓ ਵੀ ਇਹ ਸਾਰਾ ਸ਼ੈੱਡ ਹੈਗਾ ਆਪਣਾ ਜਿਹੜਾ ਬਣ ਗਿਆ, ਹਾਂਜੀ, ਇਹ ਕਿੰਨੇ ਪਸ਼ੂਆਂ ਦਾ ਬਣ ਗਿਆ ਜੀ ਹੁਣ? ਇਹ ਮੰਨ ਕੇ 70-80 ਪਸ਼ੂਆਂ ਦਾ ਜੀ ਖੁੱਲ੍ਹਾ। 70-80 ਪਸ਼ੂਆਂ ਦਾ ਬਣ ਗਿਆ। ਕੁਛ ਪਸ਼ੂ ਫਿਰ ਜੀ ਖਰੀਦੇ ਵੀ ਸੀ ਚੰਗੇ ਕਿ ਹੁਣ ਬਰੀਡਿੰਗ ਕਰਨੀ ਜਾਣਾ ਕਿ ਨਵੇਂ ਲੈ ਕੇ ਦੁੱਧ ਪੂਰਾ ਕਰਨਾ? ਮੰਨ ਕੇ ਚੱਲ ਇਹ ਸਾਡੀ ਜਿਹੜੀ ਬਰੀਡਿੰਗ ਹੈ, ਇਹ ਸਾਡੀ ਆਪਦੀ, ਇਹਦੇ ਵਿੱਚ ਇੱਕ ਗਾਂ ਖਰੀਦੀ ਹੈ। ਅੱਛਾ, ਜਿਹੜੀ ਅਸੀਂ ਖਰੀਦੀ ਸੀ ਇੱਕੋ ਹੀ ਖਰੀਦੀ ਹੈ, ਬਾਕੀ ਸਾਡਾ ਆਪਦੀ ਹੈ, ਸਾਰੀ ਮੈਨੇਜਮੈਂਟ ਆਪਦੀ ਹੈ ਹੋਰ ਸਾਰੀ। ਠੀਕ ਹੈ, ਤੇ ਆਉਣ ਵਾਲੇ ਸਮੇਂ 'ਚ ਫਿਰ ਪਲੈਨਿੰਗ ਕੀ ਕਰੀ ਹੈ ਜੀ? ਹੁਣ ਤਾਂ ਇਹੀ ਹੈ ਜੀ, ਮੰਨ ਕੇ ਦੁੱਧ ਦੀ ਸਪਲਾਈ ਇੱਥੋਂ ਦੇਵਾਂਗੇ, ਉੱਚੇ ਲੈਵਲ ਦਾ ਕੰਮ ਕਰਾਂਗੇ, ਠੀਕ ਹੈ ਜੀ, ਬਰੀਡ ਤੇ ਕੰਮ ਕਰਾਂਗੇ। ਇੱਕ ਜਿਹੜੇ ਕਿਸਾਨ ਆ ਜੀ ਖੇਤੀ ਕਰਦੇ ਆ, ਇੱਕ ਤਾਂ ਤੁਸੀਂ ਦੱਸਤਾ ਵੀ ਪਹਿਲਾਂ ਠੇਕੇ ਤੇ ਬਾਹਣ ਲੈਂਦਾ, ਦੂਜਾ ਫਿਰ ਅਗਲਾ ਕਹਿੰਦਾ ਵੀ ਯਾਰ ਮਾੜਾ ਲੋਹਾ ਬਣਾ ਲਗੇ, ਵੀ ਕੋਈ ਕਹਿੰਦਾ ਤੂੜੀ ਵਾਲੀ ਬਣਾ ਲਗੇ, ਕੋਈ ਕਹਿੰਦਾ ਮੱਕੀ ਵਾਲੀ ਬਣਾ ਲਗੇ, ਫਿਰ ਉਧਰ ਟਰਾਈ ਨਹੀਂ ਕਰਿਆ ਸਿੱਧੇ ਪਸ਼ੂਆਂ ਕੰਨੀ ਕਿਉਂ ਆ ਗਏ? ਉਧਰ ਜੀ ਆਇਆ ਨਾ ਗੱਲ ਵੀ ਕੰਪੀਟੀਸ਼ਨ ਹੋਏ ਪਏ ਆ, ਤੂੜੀ ਵਾਲਿਆਂ ਜੀ ਹੁਣ ਮਸ਼ੀਨਾਂ ਮੰਨ ਕੇ ਚਲੋ ਉਹਦੇ ਘਰੇ ਵਗ ਜਾਂਦਾ ਯਾਰ ਮੈਂ ਬਣਾਉਂ, ਉਹ ਉਹਦੇ ਘਰੇ ਵਗ ਜਾਂਦਾ ਵੀ ਮੈਂ ਬਣਾਉਂ, ਠੀਕ ਹੈ ਨਾ ਗੱਲ। ਦੁੱਧ ਦੀ ਸਪਲਾਈ ਕਰ ਲਓ ਨਾ ਤਾਂ ਕੋਈ ਮੰਨ ਕੇ ਚਲ ਕਿਤੇ ਵੀ ਇਹ ਚੀਜ਼ ਨੇ ਖਤਮ ਨਹੀਂ ਹੋਣਾ, ਕਿਉਂਕਿ ਚਾਹ ਵੀ ਹਰੇਕ ਨੇ ਪੀਣੀ ਹੈ, ਦੁੱਧ ਵੀ ਪੀਣਾ, ਲੱਸੀ ਵੀ ਪੀਣੀ ਆ, ਇਹ ਚੀਜ਼ ਦੀ ਕਿਤੇ ਵੀ ਪੂਰਾ ਨਹੀਂ ਹੁੰਦਾ, ਹੋ ਸਕਦਾ। ਠੀਕ ਹੈ ਜੀ, ਇਹ ਤਾਂ ਤੋੜੀ ਰਹਿਣਾ ਹਮੇਸ਼ਾ, ਕਿੰਨਾ ਮਰਜ਼ੀ ਕੋਈ ਕੰਮ ਕਰੀਏ। ਤਾਂ ਕਰਕੇ ਤੁਸੀਂ ਆਖਿਆ ਵੀ ਹੁਣ ਆਪਾਂ ਡੇਅਰੀ ਫਾਰਮਿੰਗ ਵਾਲੀ ਟਰਾਈ ਕਰ ਲਈਏ, ਤੇ ਸਰ ਜਦੋਂ ਡੇਅਰੀ ਫਾਰਮਿੰਗ ਸ਼ੁਰੂ ਕਰ ਲਿਆ ਤੇ ਉਹਦੇ 'ਚ ਫਿਰ ਤੁਹਾਨੂੰ ਬੱਚਤ ਕਿਵੇਂ ਲੱਗੀ, ਵੀ ਠੇਕੇ ਵਾਲੇ ਬਾਹਣ 'ਚ ਕਿਉਂ ਨਹੀਂ ਲੱਗੀ? ਬੱਚਤ ਜੀ, ਠੇਕੇ ਵਾਲੇ ਬਾਹਣ 'ਚੋਂ ਇੱਕ ਦਿਨ ਦੇ 35 ਰੁਪਏ ਬਚਦੇ ਆ ਕਿੱਲੇ ਦੇ। ਅੱਛਾ, ਤੇ ਗਾਂ 'ਚੋਂ ਇੱਕ ਦਿਨ ਦਾ 300 ਰੁਪਇਆ ਬਚਦਾ ਖਰਚਾ ਕੱਢ ਕੇ, ਜੇ ਪੂਰੀ ਆਪਣੇ ਕੋਲ ਵਧੀਆ ਬਰੀਡ ਹੈ। ਹਾਂ ਜੀ, ਠੀਕ ਹੈ ਜੀ। ਲਓ ਵੀ ਸੱਜਣ ਪਿਆਰਿਓ, ਬਾਕੀ ਇੱਕ ਫਾਰਮ ਸਕਸੈਸ ਹੋਣ ਪਿੱਛੇ ਸਰਦਾਰ ਸਾਹਿਬ ਨੇ ਦੱਸਿਆ ਵੀ ਇੱਕ ਪਰਿਵਾਰ ਦਾ ਹੋਣਾ ਲਾਜ਼ਮੀ ਹੈ, ਦੂਸਰਾ ਡਾਕਟਰ ਸਾਹਿਬਾਨ ਨੇ ਵੀ ਆਪਦੀ ਜਾਣਕਾਰੀ ਸਾਂਝੀ ਕਰੀ, ਜੇ ਇੱਕ ਸਹੀ ਡਾਕਟਰ ਸਹੀ ਗਾਈਡ ਕਰਨ ਵਾਲਾ ਅਤੇ ਸਹੀ ਨਸਲ ਮਿਲ ਜਾਂਦੀ ਹੈ ਫਿਰ ਜਿਹੜਾ ਕੋਈ ਵੀ ਫਾਰਮ ਉਹ ਜਿਹੜਾ ਪ੍ਰੋਫਿਟ ਦੇ ਵੱਲ ਨੂੰ ਜਾਂਦਾ ਰਹਿੰਦਾ। ਅਤੇ ਇੱਕ ਵਾਰੀ ਸੱਜਣੋ ਮੈਂ ਤੁਹਾਨੂੰ ਇਹਦੇ ਦੀ ਲੋਕੇਸ਼ਨ ਜ਼ਰੂਰ ਸ਼ੇਅਰ ਕਰ ਦਿੰਦਾ, ਤੁਸੀਂ ਪਿੰਡ 'ਚੋਂ ਸ਼ਹਿਰ 'ਚੋਂ ਕਿਤੇ ਵੀ ਪਤਾ ਕਰ ਸਕਦੇ ਹੋ ਵੀ ਨਾ ਕੋਈ ਲੋਨ ਲਿਆ ਗਿਆ, ਨਾ ਕੋਈ ਸਬਸਿਡੀ ਲਈ ਗਈ ਹੈ, ਸਿਰਫ ਹਾਰਡ ਵਰਕ ਕਰਕੇ ਪਰਮਾਤਮਾ ਦਾ ਨਾਂ ਲੈ ਕੇ ਸ਼ੁਰੂ ਕਰਿਆ ਸੀ ਕੰਮ ਅਤੇ ਅੱਜ ਪ੍ਰੋਫਿਟ ਵੱਲ ਨੂੰ ਜਾ ਰਿਹਾ। ਇੱਕ ਵਾਰੀ ਪੂਰੀ ਆਪਦੀ ਲੋਕੇਸ਼ਨ ਜ਼ਰੂਰ ਦੱਸਿਓ ਜੀ। ਪਿੰਡ ਲੇਲੇ ਵਾਲਾ ਜੀ, ਹਾਂ, ਨਾਂ ਰਾਜਵਿੰਦਰ ਜੀ, ਜ਼ਿਲ੍ਹਾ ਬਠਿੰਡਾ, ਤਹਿਸੀਲ ਤਲਵੰਡੀ, ਤਹਿਸੀਲ ਤਲਵੰਡੀ ਸਾਹਿਬ। ਅਤੇ ਲਓ ਵੀ ਸੱਜਣੋ, ਆਉਣ ਵਾਲੇ ਸੱਜਣਾ, ਇੱਕ ਇਹਨਾਂ ਨੇ ਪਲੈਨਿੰਗ ਸਾਰੀ ਮਿੱਤਰੋ ਬਹੁਤ ਵੱਡੀ ਕਰੀ ਹੈ, ਖੁਰਨੀ ਜਿਹੜੀ ਬਣਾਈ ਹੈ 15 ਫੁੱਟ ਦੇ ਲਗਭਗ, ਵੀ ਆਉਣ ਵਾਲੇ ਸਮੇਂ 'ਚ ਟਰੈਕਟਰ ਨਾਲ ਹੀ ਨੀਰਾਚਾਰਾ ਪਾਇਆ ਕਰਾਂਗੇ, ਵੀ ਜਿਹੜੀ ਲੇਬਰ ਦੀ ਸਮੱਸਿਆ ਉਹ ਜ਼ਿਆਦਾ ਤੰਗ ਕਰੀ ਜਾਂਦੀ। ਉਦੋਂ ਬਾਅਦ ਇਹਨਾਂ ਦੀ ਤੁਹਾਨੂੰ ਮੈਂ ਦਿਖਾ ਦੇਣਾ, ਜਿਹੜੀ ਇਹ ਵਾਲੀ ਫਰਸ਼ ਹੈ ਇਹਦੇ 'ਤੇ ਵੀ ਸਕ੍ਰੈਪਰ ਹੀ ਲੱਗੂਗਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਗੋਹਾ ਸਿੱਟਣ ਵਾਲੀ ਮਸ਼ੀਨ ਹੀ ਲੱਗੂਗੀ, ਉਹੀ ਗੋਹਾ ਸਿੱਟਿਆ ਕਰੂਗੀ। ਸਾਰੀਆਂ ਗੱਲਾਂ ਨੂੰ ਪਲੈਨਿੰਗ ਪਹਿਲਾਂ ਹੀ ਕਰੀਏ, ਵੀ ਦੁਬਾਰਾ ਖਰਚਾ ਜਿਹੜਾ ਉਹ ਨਾ ਕਰਨਾ ਪਵੇ। ਬਾਕੀ ਜਿਹੜੀ ਗਾਈਆਂ ਦੀ ਬਰੀਡ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ, ਇੱਕ ਤਾਜ਼ੀ ਸੂਈ ਗਾਂ ਵੀਰ ਵਰਗਿਆਂ ਕੋਲ ਖੜੀ ਹੈ, ਵੀ ਇਸ ਤਰ੍ਹਾਂ ਦੀ ਬਰੀਡ 'ਤੇ ਇਹ ਕੰਮ ਕਰਦੇ ਆ। ਬਾਕੀ ਮੈਂ ਪੁੱਛਦਾ ਕਾਲੇ ਬਈ, ਮੈਸਾਂ ਕਿੱਥੋਂ ਤੱਕ ਆਪਣੇ ਕੋਲ ਦੁੱਧ ਵਾਲੀਆਂ? ਮੈਸਾਂ ਮੇਰੇ 2 ਮੱਝਾਂ ਗੀਆਂ ਆਪਣੇ ਕੋਲ, ਜਿਹੜਾ ਇੱਕ ਤੁਸੀਂ ਝੋਟਾ ਕਹਿੰਦੇ ਸੀ, ਉਹਦੀ ਮਾਂ ਥੱਲੇ 19 ਕਿਲੋ ਦੁੱਧ ਆ ਜੀ, ਤੇ ਇੱਕ ਮੱਝ ਨੇ ਸੋਨਾ ਗਾ, ਉਹ 20-19-20 ਕਿਲੋ ਉਹਦੇ ਥੱਲੇ ਆ, 2 ਆਪਣੀਆਂ ਝੋਟੀਆਂ ਘਰੂ ਆ, ਮੰਨ ਕੇ ਘੱਟੋ ਘੱਟ 15 ਕਿਲੋ ਮੱਝ ਹੈਗੀ ਆ, 15+ ਮੈਸ ਹੈਗੀ ਆ। ਤੇ ਗਾਂ ਵੀਰੇ? ਗਾਂ ਵੀਰੇ ਆਪਣੇ ਕੋਲੇ 4 ਗਾਈਆਂ ਆਪਣੇ ਕੋਲੇ ਪਹਿਲਣਾ ਗੀਆਂ, ਉਹਨਾਂ ਦੀ ਐਵਰੇਜ ਆਈ ਜਾਂਦੀ ਆ 25-26, ਇੱਕ ਵੱਡੀ ਆ ਗਾਂ, ਦੂਜੇ ਸੂਏ ਉਹ 32-33 ਕਿਲੋ। ਇੱਕ ਵਾਰੀ ਵੀਡੀਓ ਦੇ ਸ਼ੁਰੂ 'ਚ ਤੁਸੀਂ ਗੱਲ ਕਰੀ ਸੀ ਵੀ ਕੋਟ ਸ਼ਮੀਰ ਵਾਲੇ ਜੱਗੀ ਨਾਲ ਆਪਣਾ ਸੰਪਰਕ ਜ਼ਿਆਦਾ ਹੈ, ਉਹਦੇ ਕੋਲੇ ਗਾਈਆਂ
ਪਰਤ ਪਾਉਣ ਲੱਗੇ ਆ, 6 ਤੋਂ 7 ਮਹੀਨੇ ਲੱਗ ਗਏ, 6 ਤੋਂ 7 ਮਹੀਨੇ ਜਿਹੜਾ ਸਾਰਾ ਫਾਰਮ ਤਿਆਰ ਹੋਇਆ 11 ਤਰੀਕ ਤੇ ਮੰਨ ਕੇ ਚੱਲੋ 11ਵਾਂ ਮਹੀਨਾ 30 ਤਰੀਕ 2023 ਚ ਆਪਾਂ ਇੱਥੇ ਪਸ਼ੂ ਛੱਡੇ ਆ, 2 ਕੁ ਮਹੀਨੇ ਹੋਏ ਆ, ਠੀਕ ਹੈ, ਤੇ ਮੰਨ ਕੇ ਚੱਲੋ ਜਿਹੜੀ ਤੁਸੀਂ 22 ਵਾਲੀ ਗੱਲ ਕਹਿੰਦੇ ਸੀ ਉਦੋਂ ਜਗ੍ਹਾ ਭੀੜੀ ਸੀ ਜੀ, ਤਾਂ ਕਰਕੇ ਆਪਾਂ ਪਸ਼ੂ ਨਹੀਂ, ਹੁਣ 22 ਤੋਂ ਆਪਾਂ ਬੱਚੀਆਂ ਲਿਆਵਾਂਗੇ, ਕੋਈ ਚੱਕਰ ਨਹੀਂ ਗਾ ਕਿਸੇ ਗੱਲੋਂ ਬਾਈ, ਕਦੋਂ ਵੀ ਕੋਈ ਚੀਜ਼ ਤੋਂ ਜਵਾਬ ਨਹੀਂ ਦਿੰਦਾ। ਇੱਕ ਜਦੋਂ ਉਹ ਵਾਲਾ ਫਾਰਮ ਸੀ ਉਹ ਛੋਟਾ ਜਿਹਾ ਸੈਟਅਪ ਸੀ, ਉਹਦੇ 'ਚ ਵੀ ਦੁੱਧ ਸੇਲ ਵਧੀਆ ਹੋਈ ਜਾਂਦਾ ਸੀ, ਫਿਰ ਇੰਨਾ ਵੱਡਾ ਆਪਾਂ ਕਾਮਯਾਬ ਰਚਿਆ, ਇੰਨਾ ਜ਼ਿਆਦਾ ਇਹ 'ਚ ਖਰਚਾ ਕਰਤਾ, ਇੰਨੀ ਜ਼ਿਆਦਾ ਜਗ੍ਹਾ ਰੋਕ ਲਈ, ਇਹਦਾ ਫਾਇਦਾ ਕੀ ਹੋਇਆ? ਇਹਦਾ ਫਾਇਦਾ ਵੀਰੇ ਇੱਕ ਤਾਂ ਇਹ ਆ, ਟ੍ਰੀਟਮੈਂਟ ਦਾ ਬਹੁਤ ਜ਼ਿਆਦਾ ਦਿੱਕਤ ਸੀ, ਮਸਟੈਟਸ ਜਾਂਦੀ ਨਹੀਂ ਸੀ, ਵੀ ਡੇਲੀ ਦਾ ਘੱਟੋ ਮੰਨ ਕੇ ਚੱਲੋ ਮਹੀਨੇ ਦਾ 10 ਤੋਂ 15 ਹਜ਼ਾਰ ਰੁਪਇਆ ਲੱਗਦਾ ਸੀ, ਨਾ ਉੱਥੇ ਆਪਾਂ ਚੰਗੀ ਬਰੀਡ ਪਾਲ ਸਕਦੇ ਹਾਂ। ਇੱਕ ਗੱਲ ਸੁਣੋ, ਆਪਾਂ ਵੱਛੀ ਪਾਲਦੇ ਹਾਂ, ਉਹ 2 ਸਾਲਾਂ 'ਚ ਹੀ ਹੋਣੇ ਸੂਣਾ, ਉਹਨੇ ਵਿਕਣਾ 70 ਹਜ਼ਾਰ ਦੀ, ਤੇ ਆਪਾਂ 2 ਸਾਲਾਂ 'ਚ ਚੰਗੀ ਬਰੀਡ ਨੇ ਸੂਣਾ ਗਾ, ਉਹਨੇ ਵਿਕਣਾ ਗਾ 2.5 ਲੱਖ ਦੀ, ਠੀਕ ਹੈ। ਫਿਰ ਜਦੋਂ ਆਪਾਂ ਕੰਮ ਕਰਨਾ, ਜਦੋਂ ਆਪਣੀ ਰੁਚੀ ਸੀਗੀ ਵੀ ਕੰਮ ਹੀ ਇਹੀ ਕਰਨਾ ਗਾ, ਠੀਕ ਹੈ, ਤਾਂ ਕਰਕੇ ਵੀਰੇ ਫਿਰ ਆਪਾਂ ਪ੍ਰੋਫੈਸ਼ਨਲੀ ਕਰਿਆ ਗਾ। ਵੀ ਇੱਕ ਫਾਦਰ ਸਾਹਿਬ ਨੂੰ ਦੁੱਧ ਦੀ ਦਿੱਕਤ ਆਉਂਦੀ ਸੀ ਨਾ, ਡੇਲੀ ਮੀਂਹ ਆਉਂਦੀ ਆ, ਹਨੇਰੀ ਆਉਂਦੀ ਆ, ਦੁੱਧ ਪਾਉਣਾ ਬਹੁਤ ਔਖਾ ਗਾ। ਓਕੇ, ਮੈਨੂੰ ਲੱਗਦਾ 7 ਸਾਲ ਹੋ ਗਏ ਡੈਡੀ ਨੂੰ ਦੁੱਧ ਪਾਉਂਦੇ ਨੂੰ, ਠੀਕ ਹੈ, ਬਹੁਤ ਵੱਡੀ ਅਖਿਆਈ ਆ, ਸਟਰਗਲ ਕਰਿਆ, ਬਹੁਤ ਜ਼ਿਆਦਾ ਸਟਰਗਲ ਕਰਿਆ ਗਾ, ਜਿੰਨੀ ਦੇਣ ਆ ਬਾਪੂ ਦੀ ਦੇਣ ਆ, ਠੀਕ ਹੈ, ਆਪਾਂ ਹਲੇ 'ਚ ਆਈ ਆ, ਜਿੰਨਾ ਕੁਛ ਕਰਕੇ ਦਿੱਤਾ ਬਾਪੂ ਨੀ ਕਰਕੇ ਦਿੱਤਾ ਹੈਗਾ, ਆਪਣੀ ਮਿਹਨਤ ਤਾਂ ਹਲੇ ਅੱਗੇ ਹੈਗੀ, ਠੀਕ ਹੈ ਨਾ, ਇਦੋਂ ਅੱਗੇ ਆ ਵੀ ਕਿੱਥੋਂ ਤੱਕ ਜਾਂਦੀ ਹੈ ਗੱਲਬਾਤ। ਹਾਂ ਬਾਈ, ਤੇ ਲੋ ਵੀ ਸੱਜਣੋ, ਇਹ ਵਾਲਾ ਵੀਰ ਹੋਰਾਂ ਦਾ ਫਾਰਮ ਹੈ, ਤੇ ਬਾਈ ਕਹਿੰਦਾ ਵੀ ਵੱਡਾ ਫਾਰਮ ਬਣਾਇਆ, ਪੈਸੇ ਲਾਏ, ਇਹਦੇ 'ਚ ਇੱਕ ਤਾਂ ਫਾਇਦਾ ਹੋ ਗਿਆ ਇਹ ਵੀ ਸਾਰੀਆਂ ਗਾਈਆਂ ਦੁੱਧ ਵੱਧ ਗਈਆਂ ਅਤੇ ਮੱਝਾਂ ਵੀ, ਉਸ ਤੋਂ ਬਾਅਦ ਲੇਬਰ ਦਾ ਬਹੁਤ ਸੌਖਾ ਹੋ ਗਿਆ, ਖੁੱਲ੍ਹੇ ਪਸ਼ੂ ਫਿਰਦੇ, ਆਪਣੇ ਆਪ ਪਾਣੀ ਪੀਂਦੇ ਆ ਅਤੇ ਆਪਣੇ ਆਪ ਜਿਹੜਾ ਸਾਈਲੇਜ ਖਾਂਦੇ ਆ। ਤੀਸਰੀ ਗੱਲ ਵੀ ਆ, ਪੱਕੇ ਪੱਕੇ ਥਾਂ ਤੋਂ ਸਿਰਫ ਇਹ ਚੱਕ ਕੇ ਮੰਨ ਲਓ ਵੀ ਗੋਹਾ ਸਿੱਟ ਦਿੰਦੇ ਆ, ਜਿਹੜਾ ਕੱਚਾ ਥਾਂ ਇੱਥੇ ਰੋਟਾਵੇਟਰ ਹਲ ਮਾਰ ਕੇ ਆਟੋਮੈਟਿਕ ਆ ਜਿਹੜਾ, ਉਹ ਮਤਲਬ ਵੀ ਕੰਮ ਘੱਟ, ਖਰਚ ਘੱਟ ਅਤੇ ਦੁੱਧ ਅਤੇ ਪ੍ਰੋਫਿਟ ਜ਼ਿਆਦਾ ਵਾਲੀ ਗੱਲਬਾਤ ਹੋ ਗਈ। ਬਾਕੀ ਜਦੋਂ ਜਾਨਵਰ ਖੁੱਲ੍ਹੇ ਫਿਰੀ ਜਾਂਦੇ ਆ, ਉਹ ਮੀਂਹ ਆਉਂਦਾ ਜਾਂ ਮੌਸਮ ਖਰਾਬ ਹੈ ਚੰਗਾ, ਉਹ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਿਤੇ ਵੀ ਬੈਠ ਸਕਦੇ, ਐਡਜਸਟਮੈਂਟ ਕਰ ਸਕਦੇ ਆ। ਦੋਸਤੋ, ਉਮੀਦ ਕਰਦੇ ਹਾਂ ਵੀ ਇੱਕ ਸ਼ਾਨਦਾਰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜੇਕਰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਉੱਪਰ ਨੀਲੇ ਕਲਰ ਦਾ ਬਟਨ ਆ ਰਿਹਾ, ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ ਸੱਜਣੋ, ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ।